ਜਦੋਂ ਸਾਡੇ ਸਾਹਮਣੇ ਕੋਈ ਉਸ ਇਬਾਰਤ ਨੂੰ ਪੜ੍ਹਦਾ ਹੈ ਤੇ ਉਹਦਾ ਕੋਈ ਗੁਣਗਾਨ ਹੁੰਦਾ, ਪਾਠ ਪਠਨ ਹੁੰਦਾ ਕੋਈ, ਤਾਂ ਨਿਰਸੰਦੇਹ ਸਾਡੀ ਭਾਸ਼ਾ ਹੀ ਇੱਦਾਂ ਦੀ ਹੈ ਕਿ ਚੰਗਾ ਲੱਗਦਾ ਹੈ। ਜਦੋਂ ਕਿਤੇ ਅਸੀਂ ਬਾਹਰ ਵਿਚਰਦੇ ਹਾਂ, ਸਾਡੇ ਬੰਬੇ ਗਿਆ ਇੱਕ ਵਾਰ, ਜਿੱਥੋਂ ਕਿਤੇ ਮੈਨੂੰ ਉਮੀਦ ਨਹੀਂ ਸੀ ਹੈਗੀ ਕਿ ਇੱਦਾਂ ਦੇ ਸ਼ਬਦ ਵੀ ਸੁਣਨ ਲਈ ਮਿਲਣਗੇ, ਤਾਂ ਉੱਥੇ ਜਦੋਂ ਪਹੁੰਚਿਆ ਕਹਿੰਦੇ ਇੰਨਾ ਲੇਟ ਹੋ ਗਿਆ, ਕਿੱਥੇ ਮਰ ਗਿਆ ਸੀ। ਸੋ ਮੈਂ ਉਹਨਾਂ ਤੋਂ ਇੰਗਲਿਸ਼ ਅਤੇ ਹਿੰਦੀ 'ਚ ਮੈਂ ਇਹ ਸੋਚ ਰਿਹਾ ਸੀ ਕਿ ਗੱਲ ਕਰਨਗੇ ਮੇਰੇ ਨਾਲ, ਮੈਨੂੰ ਬਹੁਤ ਚੰਗੇ ਸ਼ਬਦ ਲੱਗੇ, ਖਾਸ ਕਰਕੇ ਜਦੋਂ ਉਹਨਾਂ ਨੇ ਕਿਹਾ ਕਿੱਥੇ ਮਰ ਗਿਆ ਸੀ। ਉਹ ਮਰ ਗਿਆ ਸ਼ਬਦ ਜਦੋਂ ਉਹਦੀ ਕੋਈ ਟ੍ਰਾਂਸਲੇਸ਼ਨ ਨਹੀਂ ਕਰ ਸਕਦੇ ਆਪਾਂ ਕਿਸੇ ਭਾਸ਼ਾ ਦੇ ਵਿੱਚ ਉਹਦੀ, ਕਿ ਇੰਗਲਿਸ਼ ਦੇ ਵਿੱਚ ਉਹਨੂੰ ਕਿਵੇਂ ਕਹਾਂਗੇ ਉਹਨੂੰ, ਤਾਂ ਬੜਾ ਆਪਣਾਪਣ ਜਿਹਾ ਲੱਗਦਾ ਆਪਾਂ ਨੂੰ। ਆਪਾਂ ਨੂੰ ਚੰਗਾ ਲੱਗਦਾ ਕੋਈ ਸਾਡੇ ਨਾਲ ਇੱਦਾਂ ਦੇ ਸ਼ਬਦਾਂ ਦੇ ਵਿੱਚ ਗੱਲ ਕਰੇ। ਸੋ ਮੈਂ ਜਸਵੰਤ ਜ਼ਫਰ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਉਣ ਅਤੇ ਕੋਈ ਆਪਣਾ ਕਲਾਮ ਵੀ ਤੁਸੀਂ ਕਿਹੋ ਕੋਈ, ਅਤੇ ਸਾਡੇ ਨਾਲ ਗੱਲ ਕਰੋ, ਬਹੁਤ ਚੰਗਾ ਲੱਗੂਗਾ। ਅੱਜ ਖਾਸਾ ਪੰਗੇ ਵਾਲਾ ਦਿਨ ਆ। ਆਪ ਤੋਂ ਸਿਆਣੇ ਬੰਦਿਆਂ ਨਾਲ ਵਾਹ ਤਾਂ ਬਹੁਤ ਪਿਆ, ਪਰ ਇੰਨੇ ਸਿਆਣਿਆਂ ਨਾਲ ਨਹੀਂ ਸੀ ਪਿਆ। ਇੰਝ ਨਹੀਂ ਲੱਗ ਰਿਹਾ ਕਿ ਅਸੀਂ ਕਿਸੇ ਆਡੀਟੋਰੀਅਮ 'ਚ ਕਿਸੇ ਸਟੇਜ ਦੇ ਪ੍ਰੋਗਰਾਮ ਨੂੰ ਸੁਣ ਰਹੇ ਹਾਂ ਜਾਂ ਉਹ 'ਚ ਭਾਗ ਲੈ ਰਹੇ ਹਾਂ, ਅਤੇ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਅਸੀਂ ਇੱਕ ਲਾਈਵ ਰੇਡੀਓ ਪ੍ਰੋਗਰਾਮ ਕਰ ਰਹੇ ਹਾਂ ਅਤੇ ਉਹਨੂੰ ਖੁਦ ਹੀ ਸੁਣ ਰਹੇ ਹਾਂ। ਇਸ ਤਰ੍ਹਾਂ ਦੀ ਜਿਹੜੀ ਅਨਉਪਚਾਰਿਕਤਾ ਚੰਗੀ ਲੱਗਦੀ, ਥੋੜ੍ਹਾ ਸੌਖਿਆਂ ਵੀ ਕਰ ਰਹੀ ਆ। ਪੰਜਾਬੀ ਮਿਊਜ਼ਿਕ ਬਾਰੇ ਬੜਾ ਵੱਧ ਚੜ੍ਹ ਕੇ ਕਿਹਾ ਜਾਂਦਾ ਕਿ ਬੜਾ ਪਾਪੂਲਰ ਆ, ਸੰਸਾਰ ਪੱਧਰ 'ਤੇ ਸੁਣਿਆ ਜਾਂਦਾ ਅਤੇ ਗੋਰੇ ਵੀ ਨੱਚਦੇ ਆ, ਪਰ ਇਹ ਮਿਊਜ਼ਿਕ ਕਿਸ ਤਰ੍ਹਾਂ ਦੀ ਟੈਕਸਟ ਨੂੰ ਲੈ ਕੇ ਜਾਂਦਾ? ਅਤੇ ਮੈਂ ਕਹਿੰਦਾ ਉਹਨਾਂ ਸ਼ੁਕਰ ਹੈ ਕਿਤੇ ਗੋਰਿਆਂ ਨੂੰ ਇਹਦੇ ਵਿਚਲੀ ਗੱਲ ਨਹੀਂ ਸਮਝ ਆਉਂਦੀ। ਜੇ ਉਹ ਗੱਲ ਸਮਝ ਆ ਜਾਵੇ ਤਾਂ ਸਾਡੇ ਬਾਰੇ ਬਹੁਤੀ ਚੰਗੀ ਸੂਚਨਾ ਨਹੀਂ ਜਾਏਗੀ ਉਹਨਾਂ ਨੂੰ। ਤੁਸੀਂ ਦੇਖੋ ਕਿ ਮੈਂ ਇੱਕ ਫੌਜੀ ਦੇਖਿਆ ਪਾਗਲ ਹੋਇਆ ਹੋਇਆ, ਉਹ ਚੌਂਕ 'ਚ ਖੜ੍ਹਾ ਸੀ, ਹਿੰਦੀ ਪੰਜਾਬੀ ਅੰਗਰੇਜ਼ੀ ਰਲੀਆਂ ਮਲੀਆਂ ਤਿੰਨ ਜ਼ਬਾਨਾਂ 'ਚ ਬੋਲਦਾ ਸੀ, ਕੱਪੜੇ ਉਹਦੇ ਪਾਟੇ ਹੋਏ ਸੀ। ਦੀਪ ਸਾਹਿਬ ਉਹਦੇ ਸ਼ਬਦ ਧਿਆਨ ਨਾਲ ਸੁਣਨੇ, ਉਹ ਕਹਿੰਦਾ ਗੋਲੀ ਮਾਰ ਦੂੰਗਾ, 1 2 3 ਲਾਈਨ ਮੇ ਆਓ, ਸਭ ਮੁਝੇ ਸਲੂਟ ਕਰੋ, ਥਾਣੇਦਾਰ ਵੀ ਸਲੂਟ ਕਰੋ, ਡੀਸੀ ਕੋ ਪੇਸ਼ ਕਰੋ, ਮੇਰਾ ਮੁਕਾਬਲਾ ਕੌਣ ਕਰੇਗਾ, ਅੰਗਰੇਜ਼ੀ ਸ਼ਰਾਬ ਪੀਤਾ ਹਮ, ਵਗੈਰਾ ਵਗੈਰਾ। ਪੰਜਾਬੀ ਦੇ ਗੀਤਾਂ 'ਚ ਵੀ ਆਹੀ ਹੁੰਦਾ, ਇਹੀ ਕੁਛ ਹੁੰਦਾ ਪੰਜਾਬੀ ਦੇ ਗੀਤਾਂ 'ਚ। ਅਤੇ ਜੇ ਨਾ ਇਹ ਸਮਝ ਆ ਜਾਣ ਜਿਹਨਾਂ ਲੋਕਾਂ ਨੂੰ, ਤਾਂ ਸਾਨੂੰ ਕੀ ਸਮਝਣਗੇ ਚੌਂਕ ਵਾਲਾ ਫੌਜੀ। ਇਸ ਕਰਕੇ ਇਹ ਜਿੰਨੇ ਮਾਧਿਅਮ ਨੇ, ਕਲਾ ਦੇ, ਪੱਤਰਕਾਰੀ ਦੇ, ਲਿਟਰੇਚਰ ਦੇ, ਮਿੰਟੂ ਬਰਾੜ ਦੀ ਮੈਨੂੰ ਲੱਗਦਾ ਇਹ ਤੜ ਪਿਆ ਕਿ ਅਸੀਂ ਬੰਦੇ ਬਣ ਜਾਈਏ, ਚਾਹੇ ਅਸੀਂ ਇਸ ਪੰਜਾਬ 'ਚ ਰਹਿੰਦੇ ਹੋਈਏ ਜਾਂ ਸਾਡਾ ਪੰਜਾਬ ਆਸਟ੍ਰੇਲੀਆ 'ਚ ਰਹਿੰਦਾ ਹੋਵੇ ਜਾਂ ਕਿਤੇ ਹੋਰ ਰਹਿੰਦਾ ਹੋਵੇ। ਪੰਜਾਬੀ ਬੰਦੇ ਨੂੰ ਜੇ ਜਿਸ ਤਰ੍ਹਾਂ ਗੱਲ ਕੀਤੀ ਕਿ ਬਹੁਤ ਹਿਜਰਤ ਕਰਦਾ, ਬਹੁਤ ਇੱਧਰ ਉੱਧਰ ਜਾਂਦਾ, ਮੈਨੂੰ ਲੱਗਦਾ ਉਹ ਪੰਜਾਬੀ ਬੰਦੇ ਦੀ ਭੁੱਖ ਆ ਜਿਹੜੀ ਉਹਨੂੰ ਦੂਰ ਦੂਰ ਤੱਕ ਲੈ ਕੇ ਜਾਂਦੀ ਆ, ਕਿ ਪੰਜਾਬ ਦੀ ਇੰਨੀ ਕੁ ਧਰਤੀ ਪੰਜਾਬੀ ਬੰਦੇ ਦਾ ਢਿੱਡ ਨਹੀਂ ਭਰਦੀ, ਇਹਨੂੰ ਬਹੁਤ ਦੂਰ ਦੂਰ ਤੱਕ ਜਾਣਾ ਪੈਂਦਾ ਆਪਣੀ ਭੁੱਖ ਪੂਰੀ ਕਰਨ ਲਈ। ਹੁਣ ਭੁੱਖ ਬਾਬਰ ਹੋਰਾਂ ਦੀ ਵੀ ਸੀ ਜਿਹੜੇ ਉੱਧਰੋਂ ਆਏ, ਤੈਮੂਰ ਹੋਰਾਂ ਦੀ ਵੀ ਸੀ, ਅਬਦਾਲੀ ਹੋਰਾਂ ਦੀ ਵੀ ਸੀ, ਜਿਹੜੀਆਂ ਆਪਣੀਆਂ ਚੀਜ਼ਾਂ ਵਸਤਾਂ ਲਈ, ਹੀਰਿਆਂ ਜਵਾਹਰਾਤਾਂ ਲਈ, ਸੋਨੇ ਚਾਂਦੀ ਲਈ ਭਟਕਦੇ ਰਹੇ, ਫਿਰਦੇ ਰਹੇ, ਇਤਿਹਾਸ 'ਚ ਉਹਨਾਂ ਦਾ ਵੀ ਨਾਂ ਆ। ਭੁੱਖ ਗੁਰੂ ਨਾਨਕ ਦੀ ਵੀ ਸੀ, ਜਿਹੜਾ ਮੱਕੇ ਵੀ ਗਿਆ, ਜਿਹੜਾ ਬਰਮਾ ਤੱਕ ਵੀ ਗਿਆ, ਲੰਕਾ ਤੱਕ ਵੀ ਗਿਆ। ਇਸ ਕਰਕੇ ਇਤਿਹਾਸ ਨੇ ਉਹਨਾਂ ਲੋਕਾਂ ਦਾ ਆਦਰ ਕਰਨਾ ਜਿਹੜੇ ਗਿਆਨ ਦੀ ਭੁੱਖ ਲਈ ਭਟਕੇ, ਨਾ ਕਿ ਚੀਜ਼ਾਂ ਵਸਤਾਂ ਦੀ ਭੁੱਖ ਲਈ ਭਟਕੇ। ਅਤੇ ਮੈਨੂੰ ਇਸ ਕਰਕੇ ਬਹੁਤ ਪਿਆਰਾ ਲੱਗਦਾ ਕਿ ਇਹਦੀ ਗਿਆਨ ਪ੍ਰਾਪਤ ਕਰਨ ਦੀ ਅਤੇ ਗਿਆਨ ਸਾਂਝਾ ਕਰਨ ਦੀ ਇਹਨੂੰ ਬਹੁਤ ਤੜਪਿਆ ਅਤੇ ਇਹਦੀ ਬਹੁਤ ਭੁੱਖ ਆ। ਸਾਡਾ ਸੌਖਾ ਇਸ ਕਰਕੇ ਸਰੀ ਜਾਂਦਾ ਕਿ ਸਾਡਾ ਇਤਿਹਾਸ ਬਹੁਤ ਸ਼ਾਨਦਾਰ ਹੈ, ਉੱਥੇ ਅਸੀਂ ਮਾਣ ਕਰਕੇ ਗੁਜ਼ਰ ਬਸਰ ਕਰੀ ਜਾਂਦੇ ਹਾਂ, ਪਰ ਅਸਲ ਸਾਡੇ ਖਾਤੇ 'ਚ ਤਾਂ ਸਾਡਾ ਵਰਤਮਾਨ ਹੀ ਰਹੇਗਾ ਕਿ ਅਸੀਂ ਕਿਸ ਕਿਸਮ ਦੇ ਲੋਕ ਹਾਂ।
ਅਸੀਂ ਚੀਜ਼ਾਂ ਵਸਤਾਂ ਨੂੰ ਹੀ ਆਪਣਾ ਸੱਭਿਆਚਾਰ ਸਮਝ ਲਿਆ ਕਿ ਚੱਕੀ ਸਾਡਾ ਸੱਭਿਆਚਾਰ ਆ, ਚਰਖਾ ਸਾਡਾ ਸੱਭਿਆਚਾਰ ਆ, ਚਿਮਟਾ ਭੁਗਣਾ ਸਾਡਾ ਸੱਭਿਆਚਾਰ ਆ। ਇਹ ਤਾਂ ਵਸਤਾਂ ਨੇ ਜਿਹੜੀਆਂ ਸਮੇਂ ਸਮੇਂ ਜਿਹਨਾਂ ਦੀ ਸਾਨੂੰ ਲੋੜ ਪੈਂਦੀ ਆ, ਜਿਹਨਾਂ ਦੀ ਅਸੀਂ ਵਰਤੋਂ ਕਰਦੇ ਹਾਂ। ਸੱਭਿਆਚਾਰ ਤਾਂ ਸਾਡੇ ਸਾਡੇ ਸਿਰਾਂ 'ਚ ਆ ਕਿ ਅਸੀਂ ਬੋਲਦੇ ਕਿਵੇਂ ਆ, ਬਹਿੰਦੇ ਉੱਠਦੇ ਕਿਵੇਂ ਆ, ਹੋਰ ਲੋਕਾਂ ਨਾਲ ਸਾਡਾ ਕਿਸ ਤਰ੍ਹਾਂ ਦਾ ਮੇਲ ਮਿਲਾਪ ਆ, ਸਾਡਾ ਪੰਛੀਆਂ ਨਾਲ ਕਿਸ ਤਰ੍ਹਾਂ ਦੀ ਸਾਂਝ ਆ, ਸਾਡਾ ਜਾਨਵਰਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ, ਸਾਡਾ ਆਪਣੇ ਦਰਿਆਵਾਂ ਨਾਲ ਕੀ ਰਿਸ਼ਤਾ, ਸਾਡਾ ਆਪਣੀ ਧਰਤੀ ਨਾਲ ਆਪਣੀ ਮਿੱਟੀ ਨਾਲ ਕੀ ਰਿਸ਼ਤਾ। ਅਤੇ ਉਹ ਦੇਖ ਲਓ ਆਪਣਾ ਕੋਈ ਬਹੁਤਾ ਚੰਗਾ ਨਹੀਂ ਹੈ। ਅਸੀਂ ਕਹਿੰਦੇ ਪੰਜਾਂ ਦਰਿਆਵਾਂ ਦੀ ਧਰਤੀ, ਸਾਡੇ ਦਰਿਆਵਾਂ ਦਾ ਸ਼ਰਬਤ ਵਰਗਾ ਪਾਣੀ, ਕਿੱਥੇ ਆ ਸ਼ਰਬਤ ਵਰਗਾ ਪਾਣੀ? ਪੰਜਾਬ ਦੇ ਕਿਸੇ ਦਰਿਆ 'ਚ ਇਸ ਵੇਲੇ ਮੱਛੀ ਨਹੀਂ ਹੈਗੀ। ਜੇ ਇਸ ਪਾਣੀ ਨਾਲ, ਅਤੇ ਜਿੰਨਾ ਕੁ ਮੈਂ ਪੜ੍ਹਿਆ, ਕਹਿੰਦੇ ਸਤਲੁਜ ਤੋਂ ਗੁਰੂ ਸਾਹਿਬ ਨੇ ਜਲ ਦਾ ਵਾਟਾ ਮੰਗਾਇਆ ਸੀ, ਜਿਹਦੇ ਨਾਲ ਅੰਮ੍ਰਿਤ ਤਿਆਰ ਕੀਤਾ ਸੀ, ਅਤੇ ਹੁਣ ਤੁਹਾਡੇ ਸਤਲੁਜ ਦਾ ਪਾਣੀ ਡੰਗਰਾਂ ਦੇ ਪੀਣ ਯੋਗ ਵੀ ਨਹੀਂ ਰਿਹਾ। ਟਨਾਂ ਦੇ ਟਨ ਪੈਸਟੀਸਾਈਡ ਰੋਜ਼ ਤੁਹਾਡੀ ਹਵਾ ਵਿੱਚ ਦਾਖਲ ਹੋ ਰਹੇ ਆ। ਅਸੀਂ ਕਹਿਣ ਨੂੰ ਕਹਿੰਦੇ ਹਾਂ ਕਿ ਅੰਮ੍ਰਿਤਸਰ ਸਿੱਖ ਹੋਣ ਦੇ ਨਾਤੇ ਸੰਸਾਰ ਦਾ ਸਭ ਤੋਂ ਪਵਿੱਤਰ ਧਰਤੀ ਆ, ਪਰ ਅਖਬਾਰਾਂ ਕਹਿੰਦੀਆਂ ਕਿ ਅੰਮ੍ਰਿਤਸਰ ਦੁਨੀਆ ਦਾ ਸਭ ਤੋਂ ਪੋਲਿਊਟਡ ਸ਼ਹਿਰ ਆ। ਇਹ ਅਸਲ ਵਿੱਚ ਅਸੀਂ ਇਸ ਤਰ੍ਹਾਂ ਹਾਂ। ਅਤੇ ਗੀਤਾਂ ਵਿੱਚ ਗਾਈ ਜਾਓ, ਚੌਂਕ ਦੇ ਫੌਜੀ ਵਾਲਾ ਗਾਣਾ ਆ ਤਾਂ। ਅਤੇ ਮੈਨੂੰ ਇਹ ਵੀ ਅਸੀਂ ਸੁਣਿਆ ਕਿ ਮਿੰਟੂ ਹੁਣੀ ਉਹ ਕੰਮ ਕਰਦੇ ਆ ਜਿਹੜੀਆਂ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ, ਅਤੇ ਉਹਨਾਂ ਤੋਂ ਆਸ ਵੀ ਨਹੀਂ ਕਰਨੀ ਚਾਹੀਦੀ। ਸਰਕਾਰਾਂ ਉਹੀ ਕੁਛ ਕਰਦੀਆਂ ਹੁੰਦੀਆਂ ਜੋ ਉਹਨਾਂ ਨੂੰ ਕਰਨਾ ਚਾਹੀਦਾ, ਤਾਂ ਬਹੁਤ ਸ਼ਾਨਦਾਰ ਤਰੀਕੇ ਨਾਲ ਕਰ ਰਹੀਆਂ। ਅਸਲ ਵਿੱਚ ਅਸੀਂ ਆਪਣੇ ਕੰਮਾਂ ਨੂੰ ਹੀ ਸਰਕਾਰਾਂ ਦੇ ਸਿਰ ਲਾ ਦਿੰਦੇ ਕਿ ਸਰਕਾਰਾਂ ਨੂੰ ਕਰਨਾ ਚਾਹੀਦਾ। ਪੰਜਾਬ ਇੰਨਾ, ਮੈਨੂੰ ਤਾਂ ਕਈ ਵਾਰੀ ਲੱਗਦਾ ਪੰਜਾਬ ਕਮਲਾ ਜਿਹਾ ਹੋਇਆ ਹੋਇਆ, ਕਿਹਨੂੰ ਪਤਾ ਨਹੀਂ ਮੈਨੂੰ ਕੀ ਚਾਹੀਦਾ। ਪੰਜਾਬ ਦੇ ਵਿੱਚ ਜਿੰਨੇ ਟਰੈਕਟਰ ਆ ਉਹਨੇ ਪੰਜਾਬ ਨੂੰ ਟਰੈਕਟਰ ਚਾਹੀਦੇ ਨੇ, ਪੰਜਾਬ ਦੇ ਵਿੱਚ ਜਿੰਨੀਆਂ ਕਾਰਾਂ ਉਨੀਆਂ ਉਹ ਵੀ ਪੰਜਾਬ ਨੂੰ ਚਾਹੀਦੀਆਂ ਨੇ, ਪੰਜਾਬ ਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਉਨੀਆਂ ਯੂਨੀਵਰਸਿਟੀਆਂ ਵੀ ਨਹੀਂ ਚਾਹੀਦੀਆਂ। ਸ਼ਰਾਬ ਦੇ ਠੇਕਿਆਂ ਦੀ ਤਾਂ ਗੱਲ ਹੀ ਛੱਡੋ, ਉਹ ਵੀ ਉਨੇ ਨਹੀਂ ਚਾਹੀਦੇ। ਅਤੇ ਪੰਜਾਬ ਕੋਲ ਸਾਹ ਲੈਣ ਲਈ ਹਵਾ ਨਹੀਂ ਹੈ, ਪੰਜਾਬ ਕੋਲ ਪੀਣ ਨੂੰ ਪਾਣੀ ਨਹੀਂ ਹੈ, ਅਤੇ ਪੰਜਾਬ ਨੂੰ ਜੋ ਕੁਝ ਚਾਹੀਦਾ ਉਹਦਾ ਪੰਜਾਬ ਨੂੰ ਪਤਾ ਨਹੀਂ ਹੈ, ਅਤੇ ਜੋ ਉਹਨੂੰ ਬਹੁਤ ਜ਼ਰੂਰੀ ਚਾਹੀਦਾ ਉਹਨੂੰ ਲਗਾਤਾਰ ਬਰਬਾਦ ਕਰੀ ਜਾਂਦਾ। ਅਤੇ ਪਾਗਲ ਬੰਦਾ ਹੀ ਆਪਣੇ ਵਾਲ ਪੁੱਟਦਾ ਹੁੰਦਾ ਨਾ, ਅਤੇ ਪੰਜਾਬ ਉਹੀ ਕੁਛ ਕਰ ਰਿਹਾ। ਅਤੇ ਸਰਕਾਰਾਂ ਨੂੰ ਸਿਆਣੇ ਲੋਕ ਨਹੀਂ ਚਾਹੀਦੇ ਹੁੰਦੇ, ਕਮਲੇ ਹੀ ਚਾਹੀਦੇ ਹੁੰਦੇ, ਅਤੇ ਕਮਲੇ ਵੋਟ ਬੰਦੇ ਦੀ ਵੋਟ ਪਾਉਣੀ ਬਹੁਤ ਸੌਖੀ ਹੁੰਦੀ ਆ। ਇਸ ਕਰਕੇ ਸਾਡਾ ਸਿਆਣੇ ਬਣਨਾ ਸਾਡੀ ਲੋੜ ਆ, ਸਰਕਾਰਾਂ ਦੀ ਲੋੜ ਨਹੀਂ। ਅਤੇ ਸਾਡੀ ਲੋੜ ਨੂੰ ਇਹ ਲੋਕ ਸਮਝਦੇ ਆ, ਚਾਹੇ ਅਸੀਂ ਹਿੰਦੁਸਤਾਨ 'ਚ ਹੋਈਏ ਚਾਹੇ ਆਸਟ੍ਰੇਲੀਆ 'ਚ ਹੋਈਏ, ਅਤੇ ਇਹਨਾਂ ਨੂੰ ਨਮਨ ਕਰਨਾ ਸਾਡਾ ਬਣਦਾ ਹੀ ਬਣਦਾ। ਇੱਕ ਸੱਭਿਅਕ ਲੋਕ ਬਣਨ ਲਈ ਅਸੀਂ ਆਪਣੇ ਸਾਰੇ ਤਰ੍ਹਾਂ ਦੇ ਵਤੀਰੇ ਨੂੰ ਠੀਕ ਕਰੀਏ, ਅਸੀਂ ਇੱਕ ਦੂਜੇ ਪ੍ਰਤੀ ਵਤੀਰੇ ਨੂੰ ਠੀਕ ਕਰੀਏ, ਅਸੀਂ ਆਪਣੀ ਕੁਦਰਤ ਪ੍ਰਤੀ ਵਤੀਰੇ ਨੂੰ ਠੀਕ ਕਰੀਏ, ਅਸੀਂ ਆਪਣੀ ਧਰਤੀ ਪ੍ਰਤੀ ਵਤੀਰੇ ਨੂੰ ਠੀਕ ਕਰੀਏ, ਅਸੀਂ ਦੂਜੇ ਲੋਕਾਂ ਪ੍ਰਤੀ ਆਪਣੇ ਵਤੀਰੇ ਨੂੰ ਠੀਕ ਕਰੀਏ, ਅਸੀਂ ਇੰਨੇ ਚੰਗੇ ਹੋਈਏ ਕਿ ਹੋਰ ਲੋਕ ਸਾਡੀ ਸੋਭਾ ਕਰਨ, ਕਿ ਚੰਗੇ ਲੋਕ ਹੁੰਦੇ ਆ ਤਾਂ ਹੀ ਸਾਡੇ ਬੱਚੇ ਸਾਡੇ ਵਰਗੇ ਹੋਣਾ ਪਸੰਦ ਕਰਨਗੇ। ਜਿਹੜਾ ਅਸੀਂ ਕਹਿੰਦੇ ਬਲੀ ਸਾਹਿਬ ਨੇ ਜਿਵੇਂ ਕਿਹਾ ਭਾਸ਼ਾ ਨੂੰ ਖਤਰਾ ਹੈ, ਤਕਨੀਕੀ ਤੌਰ 'ਤੇ ਇਹਨਾਂ ਦੀ ਗੱਲਾਂ ਬਹੁਤ ਸਹਿਮਤੀ ਆ, ਪਰ ਮੈਂ ਕਹਿੰਦਾ ਹੁੰਦਾ ਕਿ ਜਿਵੇਂ ਸਿੱਖੀ ਨੂੰ ਸਭ ਤੋਂ ਵੱਧ ਸਿੱਖਾਂ ਤੋਂ ਖਤਰਾ ਹੈ ਨਾ, ਉਵੇਂ ਹੀ ਪੰਜਾਬੀ ਨੂੰ ਵੀ ਪੰਜਾਬੀਆਂ ਤੋਂ ਖਤਰਾ ਹੈ, ਸਾਡੇ ਆਚਾਰ ਵਿਹਾਰ ਤੋਂ ਖਤਰਾ ਹੈ ਕਿ ਅਸੀਂ ਇੰਨੇ ਅਪ੍ਰਮਾਣਿਕ ਲੋਕ ਹਾਂ ਕਿ ਦੁਨੀਆ ਦੇ ਲੋਕ ਸਾਡੇ 'ਤੇ ਹੱਸਦੇ ਆ, ਅਤੇ ਕਿਉਂ ਸਾਡੇ ਬੱਚੇ ਸਾਡੇ ਵਰਗਾ ਹੋਣਾ ਪਸੰਦ ਕਰਨਗੇ। ਇਸ ਕਰਕੇ ਅਸੀਂ ਆਪਣੇ ਆਚਾਰ ਵਿਹਾਰ ਨੂੰ ਠੀਕ ਕਰੀਏ ਕਿ ਸਾਡੇ ਤੋਂ ਬਾਹਰਲੇ ਲੋਕ ਸਾਡਾ ਆਦਰ ਕਰਨ, ਅਤੇ ਉਹਨਾਂ ਨੂੰ ਦੇਖ ਕੇ ਸਾਡੇ ਬੱਚੇ ਸਾਡੇ ਵਰਗਾ ਹੋਣਾ ਪਸੰਦ ਕਰਨ। ਅਤੇ ਇਸ ਤਰ੍ਹਾਂ ਦਾ ਹੀ ਮੈਨੂੰ ਇਹਨਾਂ ਦਾ ਯਤਨ ਲੱਗਦਾ ਹੁੰਦਾ, ਇਸੇ ਗੱਲ ਦੀ ਮੇਰੀ ਇਹਨਾਂ ਨਾਲ ਸਾਂਝ ਆ ਕਿ ਸਾਨੂੰ ਇਹ ਬੰਦੇ ਬਣਾਉਣਾ ਚਾਹੁੰਦੇ ਆ, ਅਤੇ ਸਾਨੂੰ ਬੰਦੇ ਬਣਨ ਦੀ ਤੌਫੀਕ ਮਿਲੇ। ਥੈਂਕ ਯੂ, ਸ਼ੁਕਰੀਆ। ਜਸਪਾਲ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਕੀਮਤੀ ਤੁਸੀਂ ਗੱਲਾਂ ਕੀਤੀਆਂ, ਕੋਸ਼ਿਸ਼ ਕਰਾਂਗੇ ਮਨ 'ਚ ਵਸਾਉਣ ਦੀ, ਵਸਾਉਣੀਆਂ ਚਾਹੀਦੀਆਂ।